सत श्री अकाल जी, अज तुहानू हैरान कर देने वालियां तस्वीरां दिखाउण जा रहे हां। यह जो तस्वीरां तुसी देख रहे हो, यह भाई अमृतपाल सिंह दे डेरे दीआं तस्वीरां ने, जिथे पहली नज़रे तुहानू कुछ नौजवान खेडदे होए दिखाई दे रहे ने, पर जो तुहानू अगे दिखाउण जा रहे हां वह तस्वीरां देख के तुसी भी हैरान रह जाओगे। भाई अमृतपाल सिंह नाल वड्डी गिणती नौजवानों की जुड़ी हुई है, पर यह नौजवान भाई अमृतपाल सिंह नाल क्यों जुड़ रहे ने ਇਹ ਤੁਹਾਨੂੰ ਦਿਖਾਉਂਦੇ ਆ। ਪਹਿਲਾਂ ਤੁਸੀਂ ਦੇਖੋ ਇਹ ਤਸਵੀਰਾਂ। ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਭਾਈ ਅਮਰਪਾਲ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਪਿੰਡ ਜਲੂਪੁਰ ਖੈੜਾ ਦੇ ਵਿੱਚ ਨੌਜਵਾਨਾਂ ਦਾ ਨਸ਼ਾ ਛੁਡਾਇਆ ਜਾ ਰਿਹਾ। ਸ਼ਾਮ ਦੇ ਵੇਲੇ ਇਹ ਨੌਜਵਾਨ ਵਾਹਿਗੁਰੂ ਦਾ ਸਿਮਰਨ ਕਰ ਰਹੇ ਹਨ। ਇਹ ਜੋ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ, ਇਹ ਵੱਡੀ ਗਿਣਤੀ ਵਿੱਚ ਨੌਜਵਾਨ ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ। ਇਹ ਉਹ ਨੌਜਵਾਨ ਨੇ ਜੋ ਲੱਖਾਂ ਦਾ ਨਸ਼ਾ ਆਪਣੀ ਜ਼ਿੰਦਗੀ ਵਿੱਚ ਕਰ ਚੁੱਕੇ ਨੇ ਅਤੇ ਆਪਣੇ ਮਾਤਾ ਪਿਤਾ ਨੂੰ ਅਤੇ ਸਮਾਜ ਨੂੰ ਦੁਖੀ ਕਰਦੇ ਰਹੇ ਨੇ, ਪਰ ਅੱਜ ਦੇਖੋ ਕਿਵੇਂ ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ। ਕਿਸੇ ਨਸ਼ੇੜੀ ਲਈ ਇੰਨਾ ਮਗਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਬੜਾ ਔਖਾ ਹੁੰਦਾ ਹੈ, ਕਿਉਂਕਿ ਉਸਦਾ ਮਨ ਇੱਕ ਜਗ੍ਹਾ 'ਤੇ ਨਹੀਂ ਟਿਕਦਾ। ਪਰ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਨੂੰ ਕਿਸੇ ਰੱਬੀ ਕਰਾਮਾਤ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਕੰਮ ਨੂੰ ਕਿਵੇਂ ਦੇਖਦੇ ਹੋ, ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ। ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਧੰਨਵਾਦ।